ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਗੁਰਦਾਸਪੁਰ ਸੇ ਸਾਂਸਦ ਸੰਨੀ ਦਿਓਲ ਅੱਜ ਡੇਰਾ ਬਾਬਾ ਨਾਨਕ ਮੇਂ ਬਣ ਰਹੇ ਕਰਤਾਰਪੁਰ ਸਾਹਿਬ ਕੋਰੀਡੋਰ ਕਾ ਜਾਇਜ਼ਾ ਲੈਣੇ ਪਹੁੰਚੇ। ਸੰਨੀ ਦਿਓਲ ਨੇ ਕਰਤਾਰਪੁਰ ਕੋਰੀਡੋਰ ਕੇ ਚੱਲ ਰਹੇ ਕਾਮ ਕਾ ਲਗਭਗ 3 ਕਿਲੋਮੀਟਰ ਪੈਦਲ ਚੱਲ ਕਰ ਜਾਇਜ਼ਾ ਲਿਆ। ਇਸਕੇ ਇਲਾਵਾ ਉਨ੍ਹੋਂਨੇ ਪਾਕਿਸਤਾਨ ਮੇਂ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਕੇ ਦੂਰਬੀਨ ਸੇ ਦਰਸ਼ਨ ਕੀਏ। ਇਸਕੇ ਇਲਾਵਾ ਉਨ੍ਹੋਂਨੇ NHIA ਕੇ ਅਧਿਕਾਰੀ ਸੇ ਬਾਤਚੀਤ ਕੀ। ਇਸ ਸਮੇਂ ਸੰਨੀ ਦਿਓਲ ਨੇ ਕਿਹਾ ਕਿ ਮੈਨੇ ਵੀ ਆਜ ਵਹੀ ਕੁਛ ਦੇਖਾ ਹੈ ਜੋ ਆਪ ਲੋਗੋਂ ਨੇ ਦੇਖਾ ਹੈ, ਸਾਰਾ ਕੰਮ ਬਹੁਤ ਅੱਛੇ ਸੇ ਚੱਲ ਰਿਹਾ ਹੈ। ਅਧਿਕਾਰੀ ਜਤਿੰਦਰ ਸਿੰਘ ਨੇ ਬਤਾਇਆ ਕਿ ਸਾਂਸਦ ਸੰਨੀ ਦਿਓਲ ਨੇ ਆਜ ਕਰਤਾਰਪੁਰ ਸਾਹਿਬ ਕੋਰੀਡੋਰ ਕੇ ਨਿਰਮਾਣ ਕਾਰਿਓ ਕਾ ਜਾਇਜ਼ਾ ਲਿਆ ਹੈ ਔਰ ਪੈਦਲ ਚੱਲ ਕਰ ਸਾਰੇ ਕਾਮ ਕੋ ਉਨ੍ਹੋਂਨੇ ਦੇਖਾ। ਉਨ੍ਹੋਂਨੇ ਚਲਤੇ ਹੋਏ ਕਾਮ ਪਰ ਸੰਤੁਸ਼ਟੀ ਜਤਾਈ ਔਰ ਬਹੁਤ ਖੁਸ਼ ਹੋਏ ਹੈ। ਹਮਨੇ ਵੀ ਉਨਕੋ ਭਰੋਸਾ ਦਿਲਾਇਆ ਹੈ ਕਿ ਸਪਤੰਬਰ ਤੱਕ ਕਾਮ ਮੁਕੰਮਲ ਕਰ ਲਿਆ ਜਾਏਗਾ। ਉਨਕੋ ਯੇ ਵੀ ਬਤਾਇਆ ਕਿ ਪਾਕਿਸਤਾਨ ਕੀ ਤਰਫ ਸੇ 300 ਮੀਟਰ ਪਰ ਕਾਮ ਨਹੀਂ ਚੱਲ ਰਿਹਾ। ਸੰਨੀ ਦਿਓਲ ਕਾ ਕਹਿਣਾ ਥਾ ਕਿ ਵਹਿ ਸੈਂਟਰ ਸਰਕਾਰ ਸੇ ਬਾਤ ਕਰਕੇ ਇਸ ਮਸਲੇ ਕੋ ਵੀ ਜਲਦ ਨਿਪਟਾ ਲੇਂਗੇ। ਮੈਂ ਬਸ ਆਇਆ ਸੀਗਾ ਦੇਖਣ, ਮੈਂ ਦੇਖ ਕੇ ਜਾ ਰਿਹਾ ਔਰ ਬਾਕੀ ਥੈਂਕ ਯੂ ਜੀ। ਮੈਂ ਸੰਨੀ ਦਿਓਲ ਸਾਹਿਬ ਕੀ ਸ਼ੁਕਰੀਆ ਅਦਾ ਕਰਤਾ ਹੂੰ, ਉਨ੍ਹੋਂ ਨੇ ਇਮੀਡੀਏਟ ਜੋ ਜਿੱਤਨੇ ਕੇ ਬਾਅਦ ਜੋ ਹੈ ਯਹਾਂ ਕੇ ਲੋਗੋਂ ਸੇ ਮਿਲਨੇ ਆਇਆ ਔਰ ਆਨੇ ਕੇ ਸਾਥ ਸਾਥ ਉਨ੍ਹੋਂਨੇ ਸਭਸੇ ਪਹਿਲੇ ਕਰਤਾਰਪੁਰ ਸਾਹਿਬ ਕਾ ਦਰਸ਼ਨ ਕੀਆ ਔਰ ਆ ਕੇ ਇਨ੍ਹੋਂਨੇ ਇੰਸਪੈਕਸ਼ਨ ਕੀਆ ਸੋ ਕਾਮ ਕਿਸ ਗਤੀ ਸੇ ਚੱਲ ਰਿਹਾ ਹੈ। ਇੰਸਪੈਕਸ਼ਨ ਕੇ ਦੌਰਾਨ ਉਨਕੀ ਬੜੀ ਸੈਟਿਸਫੈਕਸ਼ਨ ਹੋਈ ਔਰ ਉਨ੍ਹੋਂਨੇ ਬੜੇ ਅੱਛੇ ਢੰਗ ਸੇ ਕਹਾ ਸੋ ਹਮ ਭਾਰਤੀਯ ਜੋ ਹੈ ਕਾਮ ਬੜੇ ਅੱਛੇ ਢੰਗ ਸੇ ਕਰ ਰਹੇ ਹੈ ਔਰ ਜੋ ਹਮਨੇ ਟਾਈਮ ਲਾਈਨ ਫਿਕਸ ਕੀਆ ਹੈ ਸਪਟੰਬਰ ਮੇਂ ਕਾਮ ਕਰਨੇ ਕਾ ਵੋ ਟਾਈਮ ਹੈ ਪੂਰਾ ਕਾਮ ਹੋ ਜਾਏਗਾ। ਤੋ ਔਰ ਉਨ੍ਹੋਂਨੇ ਕਾਮ ਕੋ ਦੇਖ ਕੇ ਬੜੀ ਖੁਸ਼ੀ ਮੈਂ ਵਿਅਕਤ ਕੀ ਔਰ ਉਨ੍ਹੋਂਨੇ ਕਿਹਾ ਸੀ ਇਹ ਕਾਮ ਜੋ ਹੈ ਸਪਟੰਬਰ ਕੇ ਅੰਦਰ ਮੇਂ ਪੂਰੀ ਤਰ੍ਹਾਂ ਸੇ ਕੰਪਲੀਟ ਹੈ। ਹਾਂ ਪੁਲ ਕੇ ਡਿਸਕਸ਼ਨ ਹੁਆ ਪਾਕਿਸਤਾਨ ਸੇ, ਉਨ੍ਹੋਂਨੇ ਪੁੱਛਾ ਸੋ ਵੋ ਪਾਕਿਸਤਾਨ ਕਿਉਂ ਨਹੀਂ ਕਾਮ ਅਭੀ ਜੋ 300 ਮੀਟਰ ਪੇ ਨਹੀਂ ਕਰ ਰਿਹਾ ਹੈ। ਤੋ ਹਮਨੇ ਬਤਾਇਆ ਸੋ ਅਭੀ ਲਾਸਟ ਮੀਟਿੰਗ ਮੇਂ ਡਿਸੀਜਨ ਹੁਆ ਥਾ ਉਧਰ ਕਾਊਜ਼ਵੇ ਬਨਾਨਾ ਹੈ, ਤੋ ਵੋ ਡਿਸੀਜਨ ਅਭੀ ਤੱਕ ਜੋ ਹੈ ਪਾਕਿਸਤਾਨ ਕੇ ਤਰਫ ਸੇ ਮੁਕੰਮਲ ਨਹੀਂ ਹੁਆ ਹੈ। ਤੋ ਰੀਜ਼ਨ ਇਸ ਲਈ ਵੋ ਕਾਮ ਰੁਕਾ ਹੁਆ ਹੈ। ਔਰ ਅਭੀ ਮਿਨਿਸਟਰੀ ਨੇ ਇਸਕੇ ਅਪਰੋਚ ਕੀਆ ਹੁਆ ਹੈ ਔਰ ਡਿਸੀਜਨ ਆ ਜਾਏਗਾ ਇਸਕੇ ਉੱਪਰ ਮੇਂ ਸੋ ਵੋ ਕਿਆ ਕਰਨਾ। ਲੇਕਿਨ ਹਮ ਜੋ ਡਿਜ਼ਾਈਨ ਡਰਾਇੰਗ ਹਮਾਰੇ ਭਾਰਤ ਕੇ ਤਰਫ ਸੇ ਜੋ ਬਣਾ ਹੈ ਹਮ ਉਸੀ ਡਿਜ਼ਾਈਨ ਡਰਾਇੰਗ ਪੇ ਕਾਮ ਕਰ ਰਹੇ ਹੈ ਔਰ ਉਸੇ ਇਹ ਹਮਾਰਾ ਕਾਮ ਕੰਪਲੀਟ ਹੋ। ਹਰ ਇੱਕ ਜਗ੍ਹਾ ਉਨ੍ਹੋਂਨੇ ਸਟਾਰਟ ਕੀਆ ਜ਼ੀਰੋ ਸੇ ਲੈ ਕੇ ਔਰ ਪੈਦਲ ਚੱਲ ਕੇ ਸਾਰੇ 3.65 ਕਿਲੋਮੀਟਰ ਕਾ ਮੁਆਇਨਾ ਕੀਆ। ਉਨ੍ਹੋਂਨੇ ਪੈਦਲ ਚੱਲ ਕੇ ਇੱਕ ਇੱਕ ਜਗ੍ਹਾ ਕੋ ਦੇਖਾ, ਇੱਕ ਇੱਕ ਜਗ੍ਹਾ ਕੋ ਦੇਖਾ ਔਰ ਉਨ੍ਹੇ ਤਸੱਲੀ ਵੀ ਜ਼ਾਹਿਰ ਕੀ ਸੋ ਹਮ ਇਹ ਕਾਮ ਬਹੁਤ ਅੱਛਾ ਕਰ ਰਹੇ ਹੈਂ। ਮਾਨਵ ਲੂਥਰਾ, ਦਿਵਿਆ ਪੰਜਾਬ ਟੀਵੀ, ਡੇਰਾ ਬਾਬਾ ਨਾਨਕ।